ਲੋ ਜੀ ਅੱਜ ਅਸੀਂ ਬਣਾਉਣ ਲੱਗੇ ਆ ਜੀ ਸੂਪ ਮਾਂਚੋ ਸੂਪ ਨੋਰ ਦਾ ਨਾਲ ਅਸੀਂ ਲੀਤੀ ਹੈ ਬ੍ਰੈਡ ਵਿੱਚ ਪਾਵਾਂਗੇ ਬਹੁਤ ਵਧੀਆ ਸੂਪ ਹੁੰਦਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈਗਾ ਘਰ ਦਾ ਬਣਿਆ ਹੋਇਆ ਸੂਪ ਤੁਸੀਂ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਗੈਸ ਤੇ ਪਾਲਿਆ ਅਸੀਂ ਇੱਕ ਕੱਪ ਪਾਣੀ ਠੀਕ ਹੈ ਜੀ ਫਿਰ ਨੋਰ ਸੂਪ ਦਾ ਪੈਕਟ ਖੋਲਿਆ 10 ਰੁਪਏ ਦਾ ਪੈਕਟ ਹੈਗਾ ਮਿਲਦਾ ਵਿਹਾਰ ਉਹ ਲਿਆਓ ਇਹਨੂੰ ਗਰਮ ਪਾਣੀ ਵਿੱਚ ਬਾਲੋ ਇਹ ਵੀ ਸਬਜ਼ੀਆਂ ਪਾਈਆਂ ਹੁੰਦੀਆਂ ਟਮਾਟਰ ਵਾਲਾ ਵੀ ਆਂਦਾ ਮਿਰਚਾਂ ਵਾਲਾ ਵੀ ਆਂਦਾ ਤੇ ਆਪਾਂ ਮਿਰਚਾਂ ਪੀਣ ਦੇ ਸ਼ੌਕੀਨ ਹੈਗੇ ਆ ਇਹ ਹੈਗਾ ਮਿਰਚਾਂ ਵਾਲਾ ਤਵੇ ਤੇ ਗਰਮ ਕਰ ਲਿਆ ਤਾਂ ਵੀ ਥੋੜਾ ਪਾਇਆ ਦੇਸੀ ਘਿਓ ਤੇ ਹੁਣ ਪਾਣ ਲੱਗਿਆ ਬ੍ਰੈਡ ਚੰਗੀ ਤਰ੍ਹਾਂ ਰੋੜਾਂਗੇ ਬ੍ਰੈਡ ਨੂੰ ਬ੍ਰੈਡ ਦੇ ਪੀਸਾਂ ਨੂੰ ਪੀਸ ਕਰਕੇ ਸੂਪ ਦੇ ਵਿੱਚ ਪਾਵਾਂਗੇ ਉਹ ਟੇਸਟੀ ਬਣੇਗਾ ਨਾਲ ਪਾਵਾਂਗੇ ਮੱਖਣ ਆ ਦੇਖੋ ਬ੍ਰੈਡ ਹੋ ਗਈ ਦਾਲ ਰਾੜ ਤੀ ਤਰੋਂ ਉਬਾਲਾ ਆ ਗਿਆ ਇਹਨੂੰ ਕੈਂਚੀ ਨਾਲ ਕੱਟ ਕੇ ਬ੍ਰੈਡ ਦੇ ਛੋਟੇ ਛੋਟੇ ਪੀਸ ਤੇ ਇਹ ਕੱਪ ਵਿੱਚ ਪਾਵਾਂਗੇ ਸੂਪ ਤੇ ਨਾਲ ਪਾਵਾਂਗੇ ਬ레ਡ ਦੇ ਪੀਸ ਨਾਲ ਪਾਵਾਂਗੇ ਅਸੀਂ ਮੱਖਣ ਦੇਖੋ ਖਾਓ ਪੀਓ ਟੇਸਟੀ ਕਰੋ ਫੇਰ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਤੇ ਕਮੈਂਟ ਕਰੋ ਕੌਣ ਕੌਣ ਪੀਂਦਾ ਹੈ ਸੂਪ ਸਰਦੀਆਂ ਵਿੱਚ ਵੀ ਪੀਓ ਤੇ ਗਰਮੀਆਂ ਵਿੱਚ ਵੀ ਪੀਓ ਸੂਪ ਸੂਪ ਸੂਪ